ਸੜਕ ਸਾਰ ਅੱਜ ਪੰਜਾਬ ਪੁਲਿਸ ਦੀ ਰੇਡ ਪਈ ਹੈ ਤੇ ਇਹ ਤਸਕਰਾਂ ਦੇ ਜੁਗਾੜ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ ਕਿ ਆਖਿਰਕਾਰ ਕਿਵੇਂ ਇੱਕ ਤੋਂ ਬਾਅਦ ਇੱਕ ਜੁਗਾੜ ਇਹਨਾਂ ਤਸਕਰਾਂ ਦੇ ਵੱਲੋਂ ਲਗਾਇਆ ਗਿਆ ਸੀ, ਪਰ ਹੁਣ ਇਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ, ਤਾਂ ਇਸੇ ਦੇ ਤਹਿਤ ਅੱਜ ਜੋ ਹੈ ਇਹ ਸਰਚ ਓਪਰੇਸ਼ਨ ਚਲਾਇਆ ਗਿਆ ਤੇ ਬਠਿੰਡਾ ਦੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਬਦਨਾਮ ਬਸਤੀ ਪੀੜ ਤਲਾਬ ਵਿਖੇ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਪਹੁੰਚੇ ਤੇ ਜਿਸ ਵੇਲੇ ਰੇਡ ਕੀਤੀ ਗਈ ਤਾਂ ਤਸਕਰਾਂ ਦੇ ਜੁਗਾੜ ਦੇਖ ਕੇ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ। ਹਾਲਾਂਕਿ ਕੁਝ ਤਸਕਰਾਂ ਨੂੰ ਜੋ ਹੈ ਗ੍ਰਿਫਤਾਰ ਵੀ ਕੀਤਾ ਗਿਆ, ਉਹਨਾਂ ਤੋਂ ਜਾਂਚ ਪੜਤਾਲ ਸਾਰੀ ਪੁੱਛਗਿੱਛ ਕੀਤੀ ਜਾਏਗੀ ਤਾਂ ਕਿ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਇਹ ਵੱਡੇ ਮਗਰਮੱਛ ਹੈ ਕੌਣ ਨੇ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਾ ਰਹੇ ਨੇ। ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਕਿਵੇਂ ਤੂੜੀ ਦੇ ਕਮਰੇ ਤੱਕ ਵੀ ਜਿਹੜੇ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਫਰੋਲ ਦਿੱਤੇ ਗਏ, ਇੱਥੋਂ ਤੱਕ ਕਿ ਲੋਕਾਂ ਦੇ ਘਰ ਦੇ ਵਿੱਚ ਇਕੱਲੇ ਸਮਾਨ ਦੀ ਵੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਇੱਕ ਸ਼ਖਸ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੂੰ ਕਿ ਆਟੋ ਦੇ ਵਿੱਚ ਬਿਠਾ ਕੇ ਪੁਲਿਸ ਮੁਲਾਜ਼ਮ ਜਿਹੜੇ ਹੈ ਆਪਣੇ ਨਾਲ ਲੈ ਕੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ। ਤਾਂ ਇੱਕ ਵਾਰ ਤਸਵੀਰਾਂ ਦਾ ਰੁੱਖ ਕਰਦੇ ਹਾਂ ਕਿ ਆਖਿਰਕਾਰ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ। ਮਾਣਯੋਗ SSP ਸਾਹਿਬ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਕੰਪੇਨ ਦੇ ਤਹਿਤ ਪਲੈਨਿੰਗ ਕੀਤੀ ਗਈ, ਜਿਹਦੇ ਵਿੱਚ ਅਸੀਂ ਜਿਹੜੇ ਹੋਟਸਪੋਟ ਨੇ ਬਠਿੰਡਾ ਡਿਸਟ੍ਰਿਕਟ ਦੇ ਜਿਹਦੇ ਵਿੱਚ ਡਰੱਗ ਦੀ ਸਮੱਸਿਆ ਜ਼ਿਆਦਾ ਹੈ ਜਾਂ ਜਿੱਥੇ FIR ਜ਼ਿਆਦਾ ਰਜਿਸਟਰ ਹੁੰਦੀ ਹੈ ਜਾਂ ਰਿਕਵਰੀ ਜ਼ਿਆਦਾ ਹੁੰਦੀ ਹੈ, ਉਹ ਏਰੀਆ ਆਈਡੈਂਟੀਫਾਈ ਕੀਤੇ ਨੇ। ਜਿੱਦਾਂ ਬਸਤੀ ਬੀੜ ਤਲਾਫ ਹੈ, ਧੋਬੀਆਨਾ ਬਸਤੀ ਹੈ, ਬਸਤੀ ਖੇਤਾ ਸਿੰਘ ਹੈ। ਸੋ ਇਹਦੀ ਆਈਡੈਂਟੀਫਿਕੇਸ਼ਨ ਤੋਂ ਬਾਅਦ ਸੈਕਿੰਡ ਦੇ ਵਿੱਚ ਅਸੀਂ ਇਹਨਾਂ ਦੀ ਸਰਚ ਅਭਿਆਨ ਜਿਹੜੀ ਹੈਗੀ ਹੈ ਸਾਡੇ ਵੱਲੋਂ ਚਲਾਈ ਜਾ ਰਹੀ ਹੈ। ਅਲੱਗ ਅਲੱਗ ਕੈਸ ਓਪਰੇਸ਼ਨ, ਜਿੱਦਾਂ ਪਹਿਲਾਂ ਅਸੀਂ ਕੈਸ ਓਪਰੇਸ਼ਨ ਬਸਤੀ ਖੇਤਾ ਸਿੰਘ ਅਤੇ ਧੋਬੀਆਨਾ ਬਸਤੀ ਚਲਾਇਆ ਸੀ, ਉਸੇ ਲੜੀ ਦੇ ਤਹਿਤ ਅੱਜ ਅਸੀਂ ਬਸਤੀ ਬੀੜ ਤਲਾਬ ਦੇ ਵਿੱਚ ਸਾਡੀ CIA ਦੀ ਟੀਮ, ਸਿਟੀ ਪੁਲਿਸ ਅਤੇ ਸਦਰ ਪੁਲਿਸ ਪਿੰਡਾਂ ਦੀ ਟੀਮ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ, ਜਿਸ ਦਾ ਮੇਨ ਫੋਕਸ ਹੈ ਕਿ NDPS ਦੀ ਰਿਕਵਰੀ ਜਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਨੇ, ਜਿਨ੍ਹਾਂ 'ਤੇ ਪਹਿਲਾਂ ਮੁਕੱਦਮੇ ਦਰਜ ਨੇ, ਉਹਨਾਂ ਦੇ ਖਿਲਾਫ਼ ਪ੍ਰੀਵੈਂਟਿਵ ਐਕਸ਼ਨ ਲੈਣਾ। ਸੋ ਇਸੇ ਦੇ ਤਹਿਤ ਅੱਜ ਅਸੀਂ ਅਤੇ ਸਾਰੀ ਟੀਮ ਵੱਲੋਂ ਅਲੱਗ ਅਲੱਗ ਟੀਮ ਜਿਹੜੀ ਸਾਡੀ ਸਰਚ ਕਰ ਰਹੀਆਂ ਹਨ। ਸੋ ਇਸ ਸਰਚ ਦੌਰਾਨ ਜੋ ਵੀ ਸਾਡੀ ਰਿਕਵਰੀਜ਼ ਹੁੰਦੀ ਹੈ ਜਾਂ ਜੋ ਸਾਡਾ ਕਾਰਗੁਜ਼ਾਰੀ ਹੁੰਦੀ ਹੈ, ਉਹ ਵਿਲ ਸ਼ੇਅਰ ਇਟ। ਸਰ ਕਿੰਨੇ ਅਰੈਸਟ ਕੀਤੇ ਗਏ, ਕਿੰਨੇ ਵਹੀਕਲ ਲੈ ਕੇ ਗਏ ਅਤੇ ਇੱਕ ਘਰ ਦੇ ਵਿੱਚੋਂ ਦਾਰੂ ਵੀ ਫੜੀ ਗਈ ਘਰ ਦੀ ਗੱਡੀ? ਦੇਖੋ ਇਸ ਦੌਰਾਨ ਜਿਹੜੀ ਕਈ ਬੰਦੇ ਅਸੀਂ ਰਾਊਂਡ ਅਪ ਕੀਤੇ ਨੇ, ਕਈ ਵਹੀਕਲ ਅਸੀਂ ਕਨਫਿਸਕੇਟ ਕੀਤੇ ਨੇ, ਅਤੇ ਜਿਹੜੀ ਰਿਕਵਰੀ ਹੈਗੀ ਹੈ ਉਹ ਵੀ ਅਸੀਂ ਸਾਰੇ ਕੰਪਾਈਲ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ, ਕਿਉਂਕਿ ਸਾਡੀ ਅਜੇ ਸਰਚ ਅਭਿਆਨ ਜਿਹੜਾ ਚੱਲ ਰਿਹਾ ਹੈ। ਅੱਜ ਸਰ ਅੱਜ ਸਰਚ